ਇਹ ਜਿਹੜੀ ਰੇਡ ਅੱਜ ਰਿਓਪਨਡ ਕੀਤੀ ਗਈ ਆ, ਇਹ ਮਾਣਯੋਗ SSP ਸਾਹਿਬ ਸੰਗਰੂਰ ਦੀਆਂ ਹਦਾਇਤਾਂ ਮੁਤਾਬਕ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਅਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ, ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਛ ਅਣਸੁਖਾਵੀਆਂ ਘਟਨਾ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਅਰ ਇਲੈਕਸ਼ਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਡ ਕੀਤੀਆਂ ਜਾ ਰਹੇ ਨੇ ਇਹ ਜਿਹੜੀ ਰੇਡ ਅੱਜ ਰਿਓਪਨਡ ਕੀਤੀ ਗਈ ਆ, ਇਹ ਮਾਣਯੋਗ SSP ਸਾਹਿਬ ਸੰਗਰੂਰ ਦੀਆਂ ਹਦਾਇਤਾਂ ਮੁਤਾਬਕ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਅਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ, ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਛ ਅਣਸੁਖਾਵੀਆਂ ਘਟਨਾ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਅਰ ਇਲੈਕਸ਼ਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਡ ਕੀਤੀਆਂ ਜਾ ਰਹੇ ਨੇ ਇਹ ਜਿਹੜੀ ਰੇਡ ਅੱਜ ਰਿਓਪਨਡ ਕੀਤੀ ਗਈ ਆ, ਇਹ ਮਾਣਯੋਗ SSP ਸਾਹਿਬ ਸੰਗਰੂਰ ਦੀਆਂ ਹਦਾਇਤਾਂ ਮੁਤਾਬਕ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਅਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ, ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਛ ਅਣਸੁਖਾਵੀਆਂ ਘਟਨਾ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਅਰ ਇਲੈਕਸ਼ਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਡ ਕੀਤੀਆਂ ਜਾ ਰਹੇ ਨੇ ਇਹ ਜਿਹੜੀ ਰੇਡ ਅੱਜ ਰਿਓਪਨਡ ਕੀਤੀ ਗਈ ਆ, ਇਹ ਮਾਣਯੋਗ SSP ਸਾਹਿਬ ਸੰਗਰੂਰ ਦੀਆਂ ਹਦਾਇਤਾਂ ਮੁਤਾਬਕ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਅਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ, ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਛ ਅਣਸੁਖਾਵੀਆਂ ਘਟਨਾ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਅਰ ਇਲੈਕਸ਼ਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਡ ਕੀਤੀਆਂ ਜਾ ਰਹੇ ਨੇ ਇਹ ਜਿਹੜੀ ਰੇਡ ਅੱਜ ਰਿਓਪਨਡ ਕੀਤੀ ਗਈ ਆ, ਇਹ ਮਾਣਯੋਗ SSP ਸਾਹਿਬ ਸੰਗਰੂਰ ਦੀਆਂ ਹਦਾਇਤਾਂ ਮੁਤਾਬਕ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਅਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ, ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਛ ਅਣਸੁਖਾਵੀਆਂ ਘਟਨਾ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਅਰ ਇਲੈਕਸ਼ਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਡ ਕੀਤੀਆਂ ਜਾ ਰਹੇ ਨੇ।